ਸਮਾਜ 'ਚ ਬਹੁਤ ਕੁਝ ਅਜਿਹਾ ਹੁੰਦਾ ਜੋ ਇਨਸਾਨ ਲਈ ਪ੍ਰੇਰਨਾ ਦਾ ਸਰੋਤ ਬਣਦਾ। ਇਨਸਾਨ ਉਹਨਾਂ ਤੋਂ ਇੰਨਾ ਪ੍ਰਭਾਵਿਤ ਹੋ ਜਾਂਦਾ ਕਿ ਹੋਰਨਾਂ ਲਈ ਪ੍ਰੇਰਨਾ ਦਾ ਸਰੋਤ ਬਣਦਾ ਅਤੇ ਸਮਾਜ 'ਚ ਭਲਾਈ ਦੇ ਕਾਰਜ ਸ਼ੁਰੂ ਕਰ ਦਿੰਦਾ। ਕਪੂਰਥਲਾ 'ਚ ਇੱਕ ਵਿਅਕਤੀ ਵੱਲੋਂ ਅਖਬਾਰ 'ਚ ਲੱਗੀ ਖਬਰ ਤੋਂ ਪ੍ਰਭਾਵਿਤ ਹੋ ਕੇ ਗਰੀਬ ਵਰਗ ਦੇ ਬੇਸਹਾਰਾ ਨੌਜਵਾਨਾਂ ਨੂੰ ਰੁਜ਼ਗਾਰ ਲਈ ਰਿਕਸ਼ੇ ਵੰਡੇ ਗਏ। ਪੇਸ਼ੇ ਵਜੋਂ ਵਰਿੰਦਰ ਗੁਲਾਨੀ ਨਾਂ ਦਾ ਇਹ ਵਿਅਕਤੀ ਇੱਕ ਗੈਸ ਏਜੰਸੀ ਦਾ ਮਾਲਿਕ ਹੈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਜੋ ਲੋਕ ਮਿਹਨਤੀ ਨੇ ਪਰ ਉਹਨਾਂ ਕੋਲ ਰੋਜ਼ੀ ਰੋਟੀ ਕਮਾਉਣ ਲਈ ਸਾਧਨ ਨਹੀਂ ਹੈ, ਉਸ ਵੱਲੋਂ ਉਹਨਾਂ ਬੇਸਹਾਰਾ ਨੂੰ ਰਿਕਸ਼ੇ ਦਿੱਤੇ ਜਾ ਰਹੇ ਨੇ। ਮੇਰੀ ਰਿਕਸ਼ਾ ਅਤੇ ਮੇਰੀ ਦੌਲਤ, ਜਿਹੜਾ ਮਿਹਨਤੀ ਬੱਚਾ ਆ, ਨਸ਼ਿਆਂ ਤੋਂ ਬਚਿਆ, ਰੋ ਵਿਹਲਾ ਫਿਰਦਾ, ਕੰਮ ਉਹਦੇ ਕੋਲ ਹੈ ਨਹੀਂ। ਉਹ ਜਿੱਦਾਂ ਐਡਮਿਨਿਸਟ੍ਰੇਸ਼ਨ ਨੇ ਇਸ ਵਾਰ 15 ਅਗਸਤ 'ਤੇ 50 ਰਿਕਸ਼ੇ ਦਿੱਤੇ, ਉਹ ਖਬਰ ਪੜ੍ਹ ਕੇ ਮੈਂ ਵੀ ਸੋਚਿਆ ਵੀ ਜਿੰਨੇ ਕੁ ਯੋਗਾ ਮੈਂ ਹੈਗਾ ਮੈਂ ਵੀ ਕੁਛ ਕਰਾਂ। ਉਹ ਸੋਚ ਕੇ ਮੈਂ 5 ਰਿਕਸ਼ੇ ਦੇਣ ਦੀ ਪਲੈਨਿੰਗ ਕੀਤੀ ਸੀ ਅਤੇ 5 ਰਿਕਸ਼ੇ ਮੈਂ ਗਰੀਬਾਂ ਨੂੰ ਦੇਵਾਂ। ਗਰੀਬਾਂ ਨੂੰ ਜਿਹੜੇ ਆਰਥਿਕ ਤੌਰ 'ਤੇ ਕੰਮ ਕਰਨਾ ਚਾਹੁੰਦੇ ਨੇ, ਮਿਹਨਤ ਕਰਕੇ ਰੋਟੀ ਕਮਾਉਣਾ ਚਾਹੁੰਦੇ ਨੇ ਔਰ ਉਹਨਾਂ ਕੋਲ ਕੰਮ ਹੈ ਨਹੀਂ, ਉਹ ਮੈਂ ਰਿਕਸ਼ੇ 5 ਲੈ ਕੇ ਦੇ ਰਿਹਾ, ਜਿਹਚੋਂ 2 ਰਿਕਸ਼ੇ ਮੈਂ ਆਲਰੇਡੀ ਦੇ ਚੁੱਕਾ, 3 ਅੱਜ ਦੇਣ ਲੱਗਾ। ਉਹ ਨਾਲ ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਰਿਕਸ਼ਾ ਚਲਾ ਕੇ ਜਿੰਨੇ ਪੈਸੇ ਤੁਸੀਂ ਮੋੜ ਸਕਦੇ ਹਾਂ, ਜਿੰਨੀ ਆਸਾਨੀ ਨਾਲ ਮੋੜ ਸਕਦੇ ਹਾਂ ਮੋੜੋ। 12,000 ਰੁਪਇਆ ਰਿਕਸ਼ੇ ਨੇ ਕਾਸ ਕੀਤਾ ਇੱਕ ਦਾ, ਜਦੋਂ ਉਹਦਾ 12,000 ਖਤਮ ਹੋ ਜੂ, ਉਹ ਖਤਮ ਹੋ ਜੂਗਾ, ਉਸ 12,000 ਨਾਲ ਕਿਸੇ ਹੋਰ ਕੰਮ ਵਾਲੇ ਬੰਦੇ ਨੂੰ ਰਿਕਸ਼ਾ ਲੈ ਕੇ ਦੇਊਂਗਾ। ਇਹ ਮੇਰੀ ਪਲੈਨਿੰਗ ਆ ਔਰ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਵੀ ਜਿਹੜਾ ਬੰਦਾ ਵੀ ਜੋ ਕਰ ਸਕਦਾ ਕਿਸੇ ਕੰਮ ਵਾਲੇ ਲਈ, ਕਿਸੇ ਗਰੀਬ ਲਈ। ਇਸ ਦੇ ਨਾਲ ਹੀ ਜਿਨ੍ਹਾਂ ਗਰੀਬ ਪਰਿਵਾਰਾਂ ਨੂੰ ਇਹ ਰਿਕਸ਼ੇ ਮੁਹੱਈਆ ਕਰਵਾਏ ਗਏ ਨੇ ਉਹਨਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਤੁਹਾਨੂੰ ਅੱਜ ਆਪਣਾ ਰਿਕਸ਼ਾ ਮਿਲ ਰਿਹਾ, ਕੀ ਕਹਿਣਾ ਚਾਹੋਗੇ ਇਸ ਬਾਰੇ? ਜੀ ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ। ਇਸ ਤੋਂ ਪਹਿਲਾਂ ਕਿ ਰਿਕਸ਼ਾ ਤੁਸੀਂ ਆਪਣਾ ਸੀ ਕਿ ਕਿਰਾਏ ਦਾ ਸੀ? ਕਿਰਾਏ ਤੇ ਹੀ ਸਰ। ਕਿੰਨਾ ਕਿਰਾਏ ਦਿੰਦੇ ਤੁਸੀਂ? 1000 ਰੁਪਏ ਰੋਜ਼। ਹਾਂਜੀ, ਉਹਨਾਂ ਤੁਹਾਨੂੰ ਪੈਸੇ ਬੱਚਤ ਹੋਊਗੀ ਹੈ ਨਾ? ਹਾਂਜੀ, ਤੁਹਾਨੂੰ ਆਪਣਾ ਰਿਕਸ਼ਾ ਮਿਲ ਗਿਆ ਵਾ। ਹਾਂਜੀ ਹਾਂਜੀ। ਅੱਛਾ, ਔਰ ਤੁਸੀਂ ਕੀ ਚਾਹੁੰਦੇ ਜਿਹੜੇ ਕਿ ਇੱਧਰ ਸਮਾਜ ਸੇਵਕ ਹੈਗੇ ਉਹਨਾਂ ਨੂੰ ਇੱਧਰ ਕੰਮ ਕਰਨੇ ਚਾਹੀਦੇ ਹੋਰ? ਹਾਂਜੀ, ਵਧੀਆ ਲੱਗ ਰਿਹਾ ਜੀ, ਆਪਦੇ ਕੰਮ ਦੇ ਸਿਰ ਤੇ ਹੋ ਗਏ, ਪਰਿਵਾਰ ਪਾਲਣ ਦੇ ਅਤੇ ਅੱਗੇ ਮਿਹਨਤ ਕਰਦੇ ਸੀ ਅਤੇ ਚਲੋ ਮਹਾਰਾਜ ਇਹਨਾਂ ਦੀ ਪ੍ਰਗਟ ਪਾਵੇ ਕੰਮ 'ਚ, ਹੁਣ ਸਾਨੂੰ ਰਸਤੇ ਦਾ ਮਾਨ ਸਤਿਕਾਰ ਕੀਤਾ ਦੂਜੀ ਏਜੰਸੀ ਵਾਲਿਆਂ ਨੇ ਕਿ ਅਸੀਂ ਤਾਂ ਕਹਿੰਦੇ ਹਾਂ ਚਲੋ ਆਪਣੇ ਰੱਬ ਦੇ ਸਿਰ ਤੇ ਹੋ ਜਾਣ ਸਾਰੇ ਕੰਮ ਕਾਰ ਦੇ, ਵੀ ਅਸੀਂ ਆਪਦਾ ਪਰਿਵਾਰ ਪਾਲਣ ਦੇ ਚਲੋ ਵਧੀਆ ਇਕੱਠੀ ਕੰਮ ਕਰਦੇ ਹਾਂ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।